ਉਹਨਾਂ ਨੇ ਲਿਖਿਆ ਵੀ ਦੇਵੀ ਮਾ ਦੀ ਕਿਰਪਾ ਨਾਲ ਤੇ ਦੇਵੀ ਮਾ ਦੀ ਕਿਰਪਾ ਸਾਰਿਆਂ ਦੀ ਹੈ ਇੱਕ ਬੰਦੇ ਦੇ ਥੋੜਾ ਦੇਵੀ ਮਾ ਦੇਵੀ ਮਾ ਦੇ ਵਾਸਤੇ ਪਾਰਟिकुलर ਬੰਦਾ ਥੋੜਾ ਚੁਣਿਆ ਆ ਜੇ ਜਦੋਂ ਕਿਸੇ ਦੂਜੇ ਦੀਆਂ ਬਿਲਡਿੰਗਾਂ ਢਾਈਆਂ ਜਾਂਦੀਆਂ ਸੀ ਜਦੋਂ ਕਿਸੇ ਬੰਦੇ ਨੇ ਦੂਜੇ ਨਾਲ ਗਾਲਾਂ ਕੱਢੀ ਜਾਂਦੇ ਸੀ ਤੱਕ ਅਕੀ ਤੱਕ ਉਦੋਂ ਦੇਵੀ ਮਾ ਦੀ ਕਿਰਪਾ ਨਹੀਂ ਸੀ ਪਰਮਾਤਮਾ ਕਿਸੇ ਉੱਤੇ ਪਛਾਣਦਾ ਉਹ ਤਾਂ ਪਛਾਣਦਾ ਵੀ ਉਹਦੀ ਕਲਮ ਲੋਕਾਂ ਦੇ ਭਲੇ ਲਈ ਚੱਲੇ ਪਰ ਜਦੋਂ ਉਹਨੂੰ ਉਹਨੂੰ ਲੱਗਦਾ ਕਿ ਮੇਰੇ ਤੋਂ ਵੱਡਾ ਕੋਈ ਨਹੀਂ ਉਹ ਰੱਬ ਨੂੰ ਵੀ ਟੱਪ ਕਹਿਣ ਲੱਗ ਪੈਂਦਾ ਤੇ ਉਦੋਂ ਰੱਬ ਫਿਰ ਘੁਮਾ ਦਿੰਦਾ ਬੰਦੇ ਨੂੰ ਅੱਜ ਜਿਹੜਾ ਰਾਜਕਰਦਾਂ ਦਾ ਜਿਹੜਾ ਆਰਡਰ ਦਿੰਦਾ ਹੁੰਦਾ ਸੀ ਜਿਹੜਾ ਡੀਐਸਪੀ ਨੇ ਵੀ ਕਹਿੰਦਾ ਹੁੰਦਾ ਸੀਗਾ ਇਹ ਤੁਹਾਨੂੰ ਮੈਂ ਦੇਖ ਲਊਗਾ ਤੇ ਅੱਜ ਆਪ ਨੂੰ ਕਾਨੂੰਨੀ ਪ੍ਰਕਿਰਿਆ ਚ ਲੰਘਣਾ ਪਿਆ ਜੇਲਾਂ ਦੀ ਹਵਾ ਖਾਣੀ ਆ ਪਈ ਆ ਕਈ ਵਾਰੀ ਗਲਤ ਬੰਦੇ ਵੀ ਛੁੱਟ ਜਾਂਦੇ ਆ ਤੇ ਕਈ ਵਾਰੀ ਚੰਗੇ ਬੰਦੇ ਵੀ ਰਗੜੇ ਜਾਂਦੇ ਆ ਕਿਉਂਕਿ ਆਮ ਆਦਮੀ ਪਾਰਟੀ ਦੇ ਆਪਣੇ ਹੀ ਮੰਤਰੀ ਫਰਾਰੀ ਸਾਹਿਬ ਉਹ ਕਰਪਸ਼ਨ ਦੇ ਚਾਰਜ ਇਹਨਾਂ ਦੇ ਦੂਜੇ ਵਿਜੇ ਸਿੰਘਲਾ ਜੀ ਆਪ ਵੀ ਫੜਲੇ ਭਗਵੰਤ ਮਾਨ ਜੀ ਨੇ 스마트 ਸਿਟੀ ਲੁਧਿਆਣਾ ਕਿਹਾ ਜਾਂਦਾ ਹੈ ਕਰਪਸ਼ਨ ਸਿਟੀ ਜੇ ਕਹੀਏ ਕਿਤੇ ਹਾਂ ਬਿਲਕੁਲ ਕਰਪਸ਼ਨ ਤੇ ਕ੍ਰਾਈਮ ਸਿਟੀ ਤੁਸੀਂ ਸੋਨਾ ਬਾਕੇ ਕਿਹ ਬਾਹਰ ਨਿਕਲ ਸਕਦੇ ਹੋ ਅਸਟੈਂਟ ਬੜੇ ਸ਼ਹਿਰ ਹੈਗੇ ਜਿਹੜੇ ਚੇਂਜ ਹੋ ਗਏ ਯੋਗੀ ਨੇ ਕਈ ਸ਼ਹਿਰ ਚੇਂਜ ਕਰਦੇ ਯੂਪੀ ਦੇ ਵਿੱਚ ਬਿਹਾਰ ਚ ਕਈ ਸ਼ਹਿਰ ਚੇਂਜ ਹੋ ਗਏ ਮਹਾਰਾਸ਼ਟਰ ਦੇ ਕਈ ਸ਼ਹਿਰ ਚੇਂਜ ਹੋ ਗਏ ਸਾਡਾ ਸ਼ਹਿਰ ਹੀ ਬੜਾ ਮਾੜਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਸ਼ਿਵਾਂਗੀ ਟੈਂਡਰ ਕੋਟਾਲੇ ਮਾਮਲੇ ਦੇ ਵਿੱਚ ਸਾਬਕਾ ਮੰਤਰੀ ਆਸ਼ ਨੂੰ ਬਹੁਤ ਵੱਡੀ ਰਾਹਤ ਮਿਲ ਚੁੱਕੀ ਹੈ ਉਹਨਾਂ ਦੀ ਜ਼ਮਾਨਤ ਅਰਜੀ ਨੂੰ ਮਨਜ਼ੂਰ ਕਰ ਲਿਆ ਗਿਆ ਸੋ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਨੇ ਪਾਸ਼ਪਾਗੂ ਤੇ ਸਮਾਜ ਸੇਵੀ ਗੁਰਦੀਪ ਸਿੰਘ ਖੋਸ਼ਾ ਜੀ ਆਓ ਕਰਦੇ ਸਿਟੀ ਹੋਮ ਤੋਂ ਉਹਨਾਂ ਦਾ ਸਵਾਗਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਿਟੀ ਹੋਮ ਤੇ ਚੈਨਲ ਦੇ ਸਾਰੇ ਜ਼ਰੂਰਤਿਆਂ ਦਾ ਸ਼ਿਵਾਂਗੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਤੇ ਟੈਂਟਰ ਕੋਟਾਲੇ ਮਾਮਲੇ ਦੇ ਵਿੱਚ ਤੁਸੀਂ ਜਿੱਦਾਂ ਸੁਣੀ ਲਿਆ ਹੁਣ ਕੀ ਹੈ ਤੁਹਾਡੇ ਵਿਚਾਰ ਇਸ ਟਾਈਮ ਦੇਖੋ ਕਰਪਸ਼ਨ ਦੇ ਮਾਮਲੇ ਚ ਚਾਰਜ ਲੱਗੇ ਸੀਗੇ ਐਫ ਆਈ ਆਰ ਹੋਈ ਸੀ ਐਫ ਆਈ ਆਰ ਦਾ ਮਤਲਬ ਫਰਸਟ ਇਨਫੋਰਮੇਸ਼ਨ ਰਜਿਸਟਰਡ ਉੱਤੇ ਜੇਲ ਵੀ ਗਏ ਆ ਪੁੱਛਗਿਚ ਵੀ ਹੋਈ ਆ ਹੁਣ ਇਹ ਤਾਂ ਅਦਾਲਤੀ ਇਸ਼ੂ ਹੈ ਕਿਉਂਕਿ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕਿਸੇ ਨੂੰ ਵੀ ਜ਼ਮਾਨਤ ਮਿਲ ਸਕਦੀ ਆ ਉਹਨਾਂ ਨੇ ਇਹਨਾਂ ਨੇ ਕੀ ਡਾਕੂਮੈਂਟਸ ਲਾਏ ਆ ਜੋ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਜ਼ਮਾਨਤ ਅੰਦਰ ਜਾਣ ਵਾਲਾ ਬੰਦਾ ਗਲਤ ਹੋਵੇ ਇਹ ਵੀ ਜ਼ਰੂਰੀ ਨਹੀਂ ਹੁੰਦਾ ਵੀ ਜ਼ਮਾਨਤ ਜੇਦੀ ਹੋ ਜਾਂਦੀ ਉਹ ਸਹੀ ਹੋਵੇ ਇਹ ਤਾਂ ਕੋਰਟ ਦਾ ਇਸੇ ਕੋਰਟ ਦੇ ਵਿੱਚ ਜਿਹੜੀ ਕਿਉਂਕਿ ਰਾਹਤ ਇਹਨਾਂ ਨੂੰ ਕੋਰਟ ਵੱਲੋਂ ਮਿਲੀ ਹੈ ਪਰ ਆਣਾ ਵਾਲੇ ਟਾਈਮ 'ਚ ਟ੍ਰਾਇਲ ਚੱਲੂਗਾ ਕੇਸ ਚੱਲੂਗਾ ਕੇਸ ਫੇਸ ਕਰਨਗੇ ਉਹ ਚ ਕਿੰਨਾ ਕ腐ਸ਼ਨ ਕੀਤਾ ਕਿਉਂਕਿ ਆਮ ਆਦਮੀ ਪਾਰਟੀ ਨੇ ਕਿਹਾ ਵੀ ਬੜਾ ਵੱਡਾ ਕ腐ਸ਼ਨ ਕੀਤਾ ਤੇ ਉਹਨੂੰ ਵੱਡੇ ਵੱਡੇ ਕ腐ਸ਼ਨ ਕੀਤਾ ਤੇ ਫਿਰ ਪਤਾ ਸਾਹਮਣੇ ਆਣਾ ਚਾਹੀਦਾ ਸਾਰੇ ਦੇਸ਼ ਦੇ ਸਾਹਮਣੇ ਆਣਾ ਚਾਹੀਦਾ ਕਿਉਂਕਿ ਟੈਕਸ ਪੇਅਰ ਦਾ ਪੈਸਾ ਜਿਹੜਾ ਨੀਡੀ ਲੋਕਾਂ ਵਾਸਤੇ ਸੀਗਾ ਉਹ ਗਲਤ ਹੱਥਾਂ 'ਚ ਜਾਣਾ ਜਾਇਜ਼ ਨਹੀਂ ਹੈ ਕਿਉਂਕਿ ਕਾਂਗਰਸ ਰਾ ਦੇ ਵਿੱਚ ਕਪਲੇ ਬਹੁਤ ਹੋਇਆ ਤੇ ਜੇ ਕੋਈ ਗਲਤ ਬੰਦਾ ਆਣਾ ਚਾਹੀਦਾ ਇੱਕ ਗੱਲ ਮੈਂ ਜ਼ਰੂਰ ਕਹਿਣੀ ਚ ਇਹ ਦੇਵੀ ਮਾਂ ਦੀ ਕਿਰਪਾ ਸਾਰਿਆਂ ਦੀ ਹੈ ਇੱਕ ਬੰਦੇ ਦੇ ਥੋੜਾ ਦੇਵੀ ਮਾਂ ਦੇਵੀ ਮਾਂ ਦੇ ਵਾਸਤੇ ਪਾਰਟिकुलर ਬੰਦਾ ਥੋੜਾ ਚੁਣਿਆ ਹੋਇਆ ਹੈ ਵੀ ਇੱਕ ਬੰਦੇ ਨੂੰ ਹੀ ਕਿਰਪਾ ਮਿਲੀ ਸਾਰਿਆਂ ਤੇ ਕਿਰਪਾ ਗਈ ਹੈ ਪਰ ਜਦੋਂ ਕਿਸੇ ਦੂਜੇ ਦੀਆਂ ਬਿਲਡਿੰਗਾਂ ਢਾਈਆਂ ਜਾਂਦੀਆਂ ਸੀ ਜਦੋਂ ਕਿਸੇ ਬੰਦੇ ਨੇ ਦੂਜੇ ਨਾਲ ਗਾਲ੍ਹਾਂ ਕੱਢੇ ਜਾਂਦੇ ਸੀ ਧੱਕਾ ਕੀਤਾ ਉਦੋਂ ਦੇਵੀ ਮਾਂ ਦੀ ਕਿਰਪਾ ਨਹੀਂ ਸੀ ਦੇਵੀ ਮਾਂ ਜੇ ਦੇਵੀ ਮਾਂ ਤੋਂ ਆਪਣ ਨੂੰ ਡਰਨਾ ਤੇ ਦੇਵੀ ਮਾਂ ਦਾ ਡਰ ਹਰ ਵਕਤ ਹੋਣਾ ਚਾਹੀਦਾ ਹੈ ਹਰ ਬੰਦੇ ਵਾਸਤੇ ਹੋਣਾ ਚਾਹੀਦਾ ਦੇਖੋ ਮੈਂ ਬਾਰ ਬਾਰ ਕਹਿੰਦਾ ਦੇਖੋ ਇੱਕ ਲੀਡਰ ਦੀ ਜ਼ਿੰਮੇਵਾਰੀ ਕਿਉਂ ਵੱਡੀ ਹੋ ਜਾਂਦੀ ਹੈ ਕਿਉਂਕਿ ਪ੍ਰਮਾਤਮਾ ਨੂੰ ਤਾਕ ਦਿੰਦਾ ਪ੍ਰਮਾਤਮਾ ਕਿਸੇ ਉਦੇ ਤੇ ਪਹੁੰਚਾਉਂਦਾ ਉਹ ਤਾ ਪਹੁੰਚਾਉਂਦਾ ਵੀ ਉਹਦੀ ਕਲਮ ਲੋਕਾਂ ਦੇ ਭਲੇ ਲਈ ਚੱਲੇ ਪਰ ਜਦੋਂ ਉਹ ਉਹਨੂੰ ਲੱਗਦਾ ਕਿ ਮੇਰੇ ਤੋਂ ਵੱਡਾ ਕੋਈ ਨਹੀਂ ਉਹ ਰੱਬ ਨੂੰ ਵੀ ਟੱਬ ਕਹਿਣ ਲੱਪੈਂਦਾ ਤੇ ਉਦੋਂ ਰੱਬ ਫਿਰ ਘੁਮਾ ਦਿੰਦਾ ਹੈ ਬੰਦੇ ਨੂੰ ਤੇ ਘੁਮਾਤਾ ਅੱਜ ਜਿਹੜਾ ਰਾਜ ਕਰਦਾ ਦਾ ਜਿਹੜਾ ਆਰਡਰ ਦਿੰਦਾ ਹੁੰਦਾ ਸੀ ਜਿਹੜਾ ਡੀਐਸਪੀ ਨੇ ਵੀ ਕਹਿੰਦਾ ਹੁੰਦਾ ਸੀਗਾ ਵੀ ਤੈਨੂੰ ਮੈਂ ਦੇਖ ਲੂੰਗਾ ਤੇ ਅੱਜ ਆਪ ਨੂੰ ਕਾਨੂੰਨੀ ਪ੍ਰਕਿਰਿਆ ਚ ਲੰਘਣਾ ਪਿਆ ਜੇਲਾਂ ਦੀਆਂ ਹਵਾਵਾਂ ਖਾਣੀਆਂ ਪਈਆਂ ਕੋਈ ਨਾ ਕੋਈ ਤਾਂ ਗੱਲ ਹੈ ਬਾਕੀ ਮੈਂ ਕੋਰਟ ਦੀ ਬੜੀ ਇੱਜ਼ਤ ਕਰਦਾ ਕਿਉਂਕਿ ਕਾਨੂੰਨ ਇੱਕ ਬੜੀ ਵੱਡੀ ਚੀਜ਼ ਹੈ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੰਮ ਕਰਨਾ ਚਾਹੀਦਾ ਜੇ ਕਾਨੂੰਨ ਨੇ ਉਹਨੂੰ ਜਮਾਨਤ ਦਿੱਤੀ ਹੈ ਤੇ ਸਾਨੂੰ ਵਾਚ ਕਰਨਾ ਪਊਗਾ ਕੇਸ ਨੂੰ ਦੇਖਣਾ ਪਊਗਾ ਕੇਸ ਨੂੰ ਵਾਚ ਕਰਨਾ ਪਊਗਾ ਆਉਣ ਵਾਲੇ ਟਾਈਮ ਨੂੰ ਵੇਟ ਕਰਨੀ ਪਊਗੀ ਕਿ ਕੌਣ ਕਸੂਰਵਾਰ ਹੈ ਆਮ ਆਦਮੀ ਪਾਰਟੀ ਨੇ ਗਲਤ ਕੀਤਾ ਕਿ ਭਾਰਤ ਭੂਸ਼ਣ ਆਸ਼ੂ ਵਰਗੇ ਬੰਦੇ ਨੇ ਗਲਤ ਕੰਮ ਕੀਤਾ ਇਹ ਤਾਂ ਸਮੇਂ ਦੱਸੂਗਾ ਅਗਸਤ 2022 ਮਤਲਬ ਕਾਫੀ ਲੰਮਾ ਟਾਈਮ ਹੋ ਚੁੱਕਿਆ ਹੈ ਇਸ ਮਾਮਲੇ ਨੂੰ ਚਲਦੇ ਹੋਏ ਬਟ ਹੁਣ ਵੀ ਕੀ ਲੱਗਦਾ ਕਿ ਮੁੱਦਾ ਮੁੱਦਾ ਕਿੰਨੇ ਦੂਰ ਤੱਕ ਜਾਣ ਵਾਲਾ ਹੈ ਦੇਖੋ ਮੈਂ ਫਿਰ ਕਹਿਣਾ ਵੀ ਕਈ ਵਾਰੀ ਇਹ ਦਹਿਰਾ ਇਦਾਂ ਦਾ ਆਇਆ ਕਈ ਵਾਰੀ ਗਲਤ ਬੰਦੇ ਵੀ ਛੁੱਟ ਜਾਂਦੇ ਆ ਤੇ ਕਈ ਵਾਰੀ ਚੰਗੇ ਬੰਦੇ ਵੀ ਰਗੜੇ ਜਾਂਦੇ ਆ ਕਾਨੂੰਨੀ ਦਾਇਰੇ ਦੇ ਪਿੱਛੇੜੇ ਚ ਫਸ ਜਾਂਦੇ ਆ ਇਹ ਤਾਂ ਸਬੂਤਾਂ ਦੇ ਅਭਾਵ ਤੇ ਆ ਵੀ ਸਬੂਤ ਕੀ ਹੈ ਪ੍ਰੂਫ ਕਿੰਨੇ ਕੁ ਸਟਰੋਂਗ ਹੈ ਕਿੰਨੇ ਕੁ ਬਿਜ਼ਨਸ ਨੇ ਕੀ ਕੀ ਕੁ ਕੱਢਿਆ ਦੇਖੋ ਕਿਹੜੀ ਬਿਆਨਬਾਜ਼ੀ ਹੋਈ ਐ ਕਿੰਨੇ ਕੁ ਪ੍ਰੂਫ ਮਿਲੇ ਕਿਹੜੇ ਇਹਨਾਂ ਦੇ ਐਸੈਟਸ ਹੋ ਗਏ ਤਾਂ ਇਹਨਾਂ ਦੇ ਬੰਦੇ ਰੋਲਾ ਪੰਦੇ ਸੀ ਵੀ ਦੁਬਈ ਬੜੀ ਪ੍ਰਾਪਰਟੀ ਐ ਲੁਧਿਆਣਾ ਚ ਬੜੀ ਪ੍ਰਾਪਰਟੀ ਬਣਾਈ ਐ ਲੁਧਿਆਣੇ ਤੋਂ ਬਾਹਰ ਬੜੀ ਬੇਨਾਮੀ ਪ੍ਰਾਪਰਟੀ ਬਣਾਈ ਐ ਹੁਣ ਇਹ ਤਾਂ ਸਬੂਤਾਂ ਦੇ ਆਧਾਰ ਤੇ ਵੀ ਕਿਹੜੇ ਸਬੂਤ ਦੇ ਆਧਾਰ ਤੇ ਚੱਕਿਆ ਜੇ ਸਬੂਤ ਹੀ ਕਮਜ਼ੋਰ ਹੋਣਗੇ ਫਿਰ ਭਰੀ ਹੋ ਜਾਊਗਾ ਜੇ ਸਬੂਤ ਸਟਰੋਂਗ ਹੋਣਗੇ ਵਾਕੇ ਸੱਚ ਹੋਊਗਾ ਤੇ ਫਿਰ ਤਾਂ ਬੰਦੇ ਨੂੰ ਰਗੜਾ ਲੱਗੂਗਾ ਫਿਰ ਮੈਂ ਬਾਰ-ਬਾਰ ਕਹਿ ਰਿਹਾ ਵੀ ਜ਼ਰੂਰੀ ਨਹੀਂ ਵੀ ਸਹੀ ਬੰਦਾ ਕਈ ਵਾਰੀ ਇਸ ਬੁੱਤਾਂ ਦੇ ਉੱਤੇ ਡਿਪੈਂਡ ਹੈ ਹੁਣ ਕੀ ਸਰਕਾਰ ਕਰੇਗੀ ਤਾਂ ਉਹ ਸਰਕਾਰ ਦੱਸ ਸਕਦੀ ਹੈ ਮੰਤਰੀ ਆਸ਼ੂ ਦੇ ਟਾਈਮ ਸਾਬਕਾ ਮੰਤਰੀ ਦੇ ਟਾਈਮ ਦੀ ਜੇ ਗੱਲ ਕਰੀਏ ਕਪਲਿਆਂ ਦੀ ਘੁਟਾਲਿਆਂ ਦੀ ਕਾਫੀ ਚਰਚਾਵਾਂ ਹਵਾ ਅਲੱਗ ਦਿਸ਼ਾ ਅਲੱਗ ਦਿਸ਼ਾ ਅਲੱਗ ਤੇ ਕਈ ਤਰ੍ਹਾਂ ਦੀਆਂ ਚੀਜ਼ਾਂ ਸੀਗੀ ਸਿਟੀ ਸੈਂਟਰ ਸਕੈਮ ਵੀ ਇੱਕ ਬਹੁਤ ਵੱਡਾ ਸਕੈਮ ਜੋ ਹੁਣ ਤੱਕ ਪੰਨਾ ਵੀ ਮੈਂ ਕਹਿੰਨੀ ਆ ਕਿ ਰਜਿਸਟਰ ਬੰਦ ਪੰਨਾ ਵੀ ਨਹੀਂ ਪਲਟਿਆ ਗਿਆ ਨਹੀਂ ਜਿਹੜਾ ਸਿਟੀ ਸੈਂਟਰ ਦਾ ਘੁਟਾਲਾ ਸੀ ਨਾ ਉਦੋਂ ਸਰਕਾਰ ਪਹਿਲੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਸੀਗੀ ਉਹ ਉਹ ਹੁਣ ਜਦੋਂ ਇਹ ਮੰਤਰੀ ਬਣਿਆ ਉਦੋਂ ਉਦੋਂ ਨਹੀਂ ਹੋਇਆ ਇਹ ਕਪਲਾ ਇਹ ਪਹਿਲਾਂ ਦਾ ਬਹੁਤ ਪੁਰਾਣਾ ਉਹੀ ਮੈਂ ਕਹਿਣਾ ਚਾ ਰਹੀ ਹਾਂ ਹਾਂ ਸਮਾਇ ਦਾਸ ਲੰਗਾ ਸਮਾਰਟ ਸਿਟੀ ਦਾ ਪੈਸਾ ਸਮਾਰਟ ਸਿਟੀ ਦੇ ਪੈਸਾ ਕੇਂਦਰ ਸਰਕਾਰ ਵੱਲੋਂ ਬੜੇ ਵੱਡੇ ਪੱਧਰ ਤੇ ਆਇਆ ਉਹਦੇ ਵਿੱਚ ਕਪਲੇ ਦਾ ਅੰਦੇਸ਼ਾ ਹੈ ਕਿਉਂਕਿ ਇਕੱਲੀਆਂ ਟੈਲਾਂ ਲਾਣ ਨਾਲ ਸਮਾਰਟ ਸਿਟੀ ਨਹੀਂ ਹੁੰਦੀ ਸਮਾਰਟ ਸਿਟੀ ਇਹ ਆ ਵੀ ਸਾਡੇ ਇਨਫਰਾਸਟ੍ਰਕਚਰ ਸਾਡਾ ਕੀ ਹੈ ਸਾਡਾ ਮੈਡੀਕਲ ਸੁਵਿਧਾਵਾਂ ਕੀ ਹੈ ਸਾਡਾ ਜਿਹੜੇ ਫਲਾਈਵਰ ਬਣਾਏ ਉਹ ਕਿੱਦਾਂ ਦੇ ਬਣਾਏ ਆ ਉਹਦੇ ਵਿੱਚ ਕੀ ਹੈ ਕਿਉਂਕਿ ਅੱਜ ਤੱਕ ਕੋ ਪੂਰੇ ਨਹੀਂ ਹੋਏ ਨੇ ਸਾਰਾ ਹਰਿਆਣਾ ਡਿਸਟਰਬ ਹੋਇਆ ਆਪੇ ਇਸ ਕਰਕੇ ਬੜੀਆਂ ਚੀਜ਼ਾਂ ਹੋ ਗਿਆ ਕਿਉਂਕਿ ਕੇਂਦਰ ਸਰਕਾਰ ਨੂੰ ਬੜੀਆਂ ਚੀਜ਼ਾਂ ਐਸੈਟਸ ਵੀ ਆਏ ਆ ਪੈਸੇ ਵੀ ਆਏ ਆ بڑے بڑے ਪੱਦਰ ਤੇ ਤੇ ਉਹ ਜਾਂਚ ਦੇ ਦਾਇਰੇ ਦੇ ਵਿੱਚ ਹੈ ਹੁਣ ਤੇ ਜਾਂਚ ਹੋਏਗੀ ਜੇ ਗਲਤ ਹੋਏਗਾ ਤੇ ਬਾਹਰ ਆਨੇ ਚਾਹੀਦੇ ਕਿਉਂਕਿ ਮੈਂ ਤਾਂ ਬਾਰ-ਬਾਰ ਕਹਿੰਦਾ ਜਿਹੜੇ ਲੋਕਾਂ ਦਾ ਟੈਕਸਪੇਅਰ ਦਾ ਪੈਸਾ ਗਲਤ ਅਥਾ ਚ ਨਹੀਂ ਜਾਣਾ ਚਾਹੀਦਾ ਨਹੀਂ ਸਿਟੀ ਸੈਂਟਰ ਸਕੈਮ ਦੀ ਗੱਲ ਇਸ ਕਰਕੇ ਇਸ ਪਾਸੇ ਉਠਾਉਣਾ ਬਹੁਤ ਜ਼ਰੂਰੀ ਸੀ ਕਾਂਗਰਸ ਦੇ ਰਾਜ ਦੀ ਗੱਲ ਕੀਤੀ ਹੈ ਮੈਂ ਚਾਹੇ ਮੰਤਰੀ ਆਸ਼ੋਸ਼ਟਮ ਇਨਵੋਲਵ ਸੀਗੇ ਨਹੀਂ ਸੀਗੇ ਲੇਕਿਨ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦਾ ਕੀ ਦੇਖ ਰਹੇ ਹਾਂ ਤੇ ਚ ਰੋਲ ਕਿਉਂਕਿ ਉਹ ਮੈਂ ਰਜਿਸਟਰ ਅੱਜ ਵੀ ਬੰਦ ਦਾ ਪੰਨਾ 21 ਮੈਨੂੰ ਨਹੀਂ ਲੱਗਦਾ ਕਿ ਉਹਦੇ ਉੱਤੇ ਜੰਮੇ ਮਿੱਟੀ ਵੀ ਸਾਫ਼ ਕੀਤੀ ਕਿਸੇ ਆਮ ਆਦਮੀ ਪਾਰਟੀ ਮੁੱਦਿਆਂ ਦੀ ਰਾਜਨੀਤੀ ਕਰਕੇ ਆਈ ਹੈ ਡਰਾਮੇਬਾਜ਼ੀ ਕਰਕੇ ਆਈ ਹੈ ਫਿਲਮੀ ਡਾਇਲੌਗ ਬੋਲ ਕੇ ਆਈ ਹੈ ਅਸੀਂ ਇਹਨਾਂ ਤੋਂ ਉਮੀਦ ਨਹੀਂ ਲਗਾਈ ਜਾ ਸਕਦੀ ਕਿ ਆਮ ਆਦਮੀ ਪਾਰਟੀ ਕੋਈ ਸਹੀ ਸੈਂਸ ਤੱਕ ਪਹੁੰਚੇਗੀ ਜਾਂ ਨਿਸ਼ਕਰ ਤੱਕ ਪਹੁੰਚੇਗੀ ਜਾਂ ਇਨਜਾਮ ਤੱਕ ਪਹੁੰਚੇਗੀ ਮੈਨੂੰ ਨਹੀਂ ਸਮਝਦਾ ਕਿਉਂਕਿ ਆਮ ਆਦਮੀ ਪਾਰਟੀ ਦੇ ਆਪਣੇ ਹੀ ਮੰਤਰੀ ਫਰਾਰੀ ਸਾਹਿਬ ਉਹ ਕਰਪਸ਼ਨ ਦੇ ਚਾਰਜ ਇਹਨਾਂ ਦੇ ਦੂਜੇ ਵਿਜੇ ਸਿੰਘਲਾ ਜੀ ਆਪ ਹੀ ਫੜਲੇ ਭਗਵੰਤ ਮਾਨ ਜੀ ਨੇ ਉੱਤੇ ਵੀ ਕ腐ਪਸ਼ਨ ਦਾ ਚਾਰਜ ਹਫਤੇ ਚ ਹੀ ਜਮਾਨਤ ਹੋ ਗਈ ਉਹਦੀ ਫਿਰ ਇੱਕ ਬੰਦਾ ਇਹਦਾ ਹੋਰ ਨਿਕਲਿਆ ਜਿਹਦਾ ਐਬਲਏ ਸੀਗਾ ਜਿਹੜਾ ਬਾਰ ਬਾਰ ਅਮਰਿਤ ਰਤਨ ਜਿਹਨੂੰ ਇਹ ਬਚਾਉਣ ਨੂੰ ਲੱਗੇ ਸੀ 4 ਦਿਨ ਬਾਅਦ ਜਦੋਂ ਵੀਡੀਓ ਵਾਇਰਲ ਹੋ ਗਈ ਫਿਰ ਫੜਨਾ ਪੈ ਗਿਆ ਇਹਨਾਂ ਤਾਂ ਇਹ ਉਮੀਦ ਕਿੱਦਾ ਚ ਤੀਜਾ ਸਦੀ ਆ ਸੋਮਨਾਥ ਭਾਰਤੀ ਵਰਗੇ ਦੰਗਿਆਂ ਦੇ ਦੋਸ਼ੀ ਨਿਸ਼ਾ ਸਿੰਘ 7 ਸਾਲ ਦੀ ਕੈਦ ਦੰਗਿਆਂ ਦੇ ਦੋਸ਼ੀ ਅਮਤੁੱਲਾ ਖਾਨ ਦੰਗਿਆਂ ਦੇ ਦੋਸ਼ੀ ਉਹਨੂੰ ਉਹਨੂੰ ਵੀ ਕਈ ਸਾਲਾਂ ਦੀ ਕੈਦ ਹੈ ਉੱਥੇ ਕਿੰਨੇ 400 ਸੋਦੇ ਵਰਗੇ ਜਿਹਦੇ ਕਹਿੰਦੇ ਸੀ ਕੇਜਰੀਵਾਲ ਸਾਹਿਬ ਇੱਕ ਠੋਕੇ ਕਹਿੰਦੇ ਸੀ ਇਹਨੂੰ ਫੜ ਕੇ ਦਿਖਾਓ ਉਹ ਵੀ ਅਜ ਅੰਦਰ ਬੈਠਾ ਸਤਿੰਦਰ ਜੈਨ ਸਾਰਿਆਂ ਨੂੰ ਪਤਾ ਅੰਦਰ ਕੀ ਹੋ ਰਿਹਾ ਜਿਹੜੇ ਬਲਤਕਾਰੀ ਦੇ ਦੋਸ਼ੀ ਆ ਉਹਨਾਂ ਤੋਂ ਮ사ਜ ਸੈਂਟਰ ਖੋਲੇ ਹੋਏ ਅੰਦਰ ਇਹਨਾਂ ਤੋਂ ਕਿੱਥੋਂ ਉਮੀਦ ਕੀਤੀ ਜਾ ਸਕਦੀ ਹੈ ਜਿਹੜੇ ਕਰਪਟ ਆਪ ਕਰਪਟ ਹੋਣਗੇ ਉਹ ਦੂਜੇ ਨੂੰ ਕਿੱਦਾਂ ਠੀਕ ਕਰ ਦੇਣਗੇ ਬਹਿ ਨਹੀਂ ਮੰਨਦਾ ਕਿ ਇਹਨਾਂ ਦੇ ਰਾਜ ਦੇ ਵਿੱਚ ਸਿਰਫ ਡਰਾਮਾ ਜਰੂਰ ਕਰਨਗੇ ਵੱਡੇ ਵੱਡੀਆਂ ਵਾਅਦੇ ਜਰੂਰ ਕਰਨਗੇ ਕਿ ਵੀ ਇੱਕ ਸੂਰ ਨੂੰ ਰਗੜਿਆ ਜਰੂਰ ਜਾ ਸਕਦਾ ਕਸੂਰਵਰੇ ਵੀ ਰਗੜੇ ਜਾਣਗੇ ਪਰ ਇੱਕ ਇੱਕ ਦੇ ਨਾਲ 10 ਬੇਕਸੂਰ ਵੀ ਰਗੜਨਗੇ ਤੇ ਇਹਨਾਂ ਤੋਂ ਉਮੀਦ ਨਹੀਂ ਕੀਤੀ ਜਾ ਸਕਦੀ ਪੰਜਾਬੀਆਂ ਦਾ ਮੂੰਹ ਇਹਨਾਂ ਤੋਂ ਭੰਗ ਹੋ ਚੁੱਕਾ ਹੈ ਰੱਦ ਨਹੀਂ ਹੋਣਾ ਚਾਹੀਦਾ ਸੀ ਸਿਟੀ ਸੈਂਟਰ ਬਣਨਾ ਚਾਹੀਦਾ ਸੀ ਜੇ ਉਹ ਸਿਟੀ ਸੈਂਟਰ ਬਣ ਜਾਂਦਾ 10 ਲੱਖ ਤੋਂ ਵੱਧ ਰੋਜ਼ਗਾਰ ਮਿਲਨੇ ਸੀਗੇ ਜੇ 10 ਲੱਖ ਰੋਜ਼ਗਾਰ ਮਿਲਨੇ ਸੀਗੇ ਤੇ ਉਥੇ 에어ਪੋਰਟ ਵੀ ਸਾਡਾ ਪਹਿਲੇ ਹੀ ਬਣ ਜਾਣਾ ਸੀ ਜਿਹੜਾ ਹੁਣ ਕਰਤਾਰ ਸਿੰਘ ਸਰਾਭਾ ਜੀ ਦੇ ਨਾਮ ਤੇ ਜਿਹੜਾ ਕੇਂਦਰ ਸਰਕਾਰ ਵੱਲੋਂ ਰੱਖਿਆ ਗਿਆ ਜਿਹੜੇ ਬਾਰ-ਬਾਰ ਪੰਜਾਬੀ ਦੀ ਡਿਮਾਂਡ ਸੀਗੀ ਉਹ ਪਹਿਲੇ ਹੀ ਬਣ ਜਾਣਾ ਸੀਗਾ ਇੱਥੇ ਹੈਲੀਕਾਪਟਰ ਉਤਰਨੇ ਸੀਗੇ ਸਾਡੀ ਨਾਰਥ ਇੰਡੀਆ ਦੇ ਵਿੱਚ ਸਭ ਤੋਂ ਵੱਡੀ ਜਗ੍ਹਾ ਬਣ ਜਾਣੀ ਸੀਗੀ ਪਰ ਇਹਨੂੰ ਜਦੋਂ ਕਪਲਾ ਦੀ ਗੱਲ ਆ ਗਈ ਜਾਂ ਤੇ ਚਾਰਜ ਲਾਗੇ ਤੇ ਉਹ ਸਿਟੀ ਸੈਂਟਰ ਅਜ ਅਰਬਾਂ ਰਪੇ ਦੀ ਜਦਾਦ ਹੀ ਖਤਮ ਹੋ ਗਈ ਉੱਥੇ ਉਹ ਤੁਸੀਂ ਜਾਗਰ ਦੇਖੋ ਉਹ ਤਾਂ ਮੁਰਦਾ ਘੜ ਬਿਲਕੁਲ ਮੁਰਦਾ ਘੜ ਪਤਾ ਹੀ ਨਹੀਂ ਅੰਦਰ ਕਿੰਨੀ ਕਿੰਨੀਆਂ ਕੀ ਕੁਝ ਹੋ ਸਕਦਾ ਇਹ ਵੀ ਨਹੀਂ ਪਤਾ ਜੀ ਉਹਦੇ ਅੰਦਰ ਕੀ ਕੁਝ ਹੋ ਸਕਦਾ ਕੀ ਕੁਝ ਕੀ ਕੋ ਕਰਮ ਹੋ ਚੁੱਕੇ ਹੋਣਗੇ ਉੱਥੇ ਇਹ ਵੀ ਨਹੀਂ ਪਤਾ ਕਿਉਂਕਿ ਪਿੱਛੇ ਵੀ ਕਈ ਵਾਰੀ ਲਾਸ਼ਾਂ ਉੱਥੇ ਮਿਲੀਆਂ ਤੇ ਉਹ ਤਾਂ ਸਾਡੇ ਬੜੀ ਮਤਲਬ ਦਾਗ ਲੱਗ ਗਿਆ ਸਾਡੇ ਲੁਧਿਆਣਾ ਸ਼ਹਿਰ 'ਚ ਦਾਗ ਲਾਇਆ ਕਿਨੇ ਹੈ ਇਹ ਤਾਂ ਹੁਣ కోర్ట్ ਤੈਅ ਕਰੇਗੀ ਇਹ ਕਿਉਂਕਿ ਕੋਰਟ ਦੇ ਵਿੱਚ ਜਦੋਂ ਜਿਹੜਾ ਮੁੱਦਾ ਕੋਰਟ 'ਚ ਚਲੇ ਜਾਵੇ ਤੇ ਉਹਦੇ 'ਚ ਆਮ ਬੰਦੇ ਨੂੰ ਬਿਆਨ ਨਹੀਂ ਦੇਣੇ ਚਾਹੀਦੇ ਤੇ ਉਹ ਤਾਂ ਕੋਰਟ ਤੈਅ ਕਰੇ ਵੀ ਕੌਣ قصوروار ਹੈ ਤੇ قصوروار ਬਾਹਰ ਕਰਨੇ ਚਾਹੀਦੇ ਲੁਧਿਆਣਾ ਦਾ ਬੇੜਾਗਰ ਕਰਨ ਨਾਲ ਬਾਹਰ ਆਣਾ ਚਾਹੀਦਾ 스마트 ਸਿਟੀ ਲੁਧਿਆਣਾ ਕਿਹਾ ਜਾਂਦਾ ਹੈ ਕਰਾਪਸ਼ਨ ਸਿਟੀ ਜੇ ਕਹੀਏ ਕਿਤੇ ਹਾਂ ਬਿਲਕੁਲ ਕਰਾਪਸ਼ਨ ਤੇ ਕ੍ਰਾਈਮ ਸਿਟੀ ਤੁਸੀਂ ਸੋਨਾ ਪਾ ਕੇ ਕਿਹ ਬਾਹਰ ਨਿਕਲ ਸਕਦੇ ਹੋ ਇਸ ਟਾਈਮ ਪਤਾ ਹੀ ਨਹੀਂ ਲੱਗਦਾ ਕੀ ਹੋ ਜਾਂਦਾ ਨਸ਼ੇ ਦੇ ਰੋਜ਼ ਨੌਜਵਾਨ ਮਰਦੇ ਦੇਖਦੇ ਆਂ ਰੋਜ਼ ਕਰਾਪਸ਼ਨ ਦੇ ਚਾਰਜ ਦੇਖਦੇ ਆਂ ਸੇ ਇਹ ਤਾਂ ਕ੍ਰਾਈਮ ਸਿਟੀ ਬਣ ਗਈ ਐ ਕ腐ਸ਼ਨ ਸਿਟੀ ਬਣ ਗਈ ਐ ਜਦ ਕਿ ਸਮਾਰਟ ਸਿਟੀ ਬਣਨੀ ਚਾਹੀਦੀ ਸੀਗੀ ਮੈਂ ਨਾ ਪਿਛੇ ਲਖਨਊ ਜਾ ਕੇ ਆਇਆ ਅੱਜ ਤਾਂ 20 ਸਾਲ ਪਹਿਲਾਂ ਵੀ ਮੈਂ ਲਖਨਊ ਗਿਆ ਸੀ ਤੇ ਮੈਂ ਦੇਖਦਾ ਸੀ ਕੰਦਾਂ ਤੇ ਥੁੱਕਾਂ ਸਿਟੀਆਂ ਹੁੰਦੀਆਂ ਸੀ ਲਾਲ ਰੰਗ ਦੀਆਂ ਪਾਣ ਦੀ ਬੜੇ ਭਰੇ ਹੁੰਦੇ ਸੀ ਸਟੇਸ਼ਨ ਬੜੇ ਮਾੜੇ ਸੀ ਅੱਜ ਮੈਂ ਜਦੋਂ ਉੱਥੇ ਲਖਨਊ ਗਿਆ ਮੈਂ ਹੈਰਾਨ ਹੋ ਗਿਆ ਵੀ ਲਖਨਊ ਇੰਨਾ ਤੱਕ ਕੀ ਕਰ ਗਿਆ ਅਸੀਂ ਤਾਂ ਉਹਦੇ ਅੱਗੇ ਵੀ ਨਹੀਂ ਖੜੇ ਤੇ 10 ਪੈਸੇ ਵੀ ਨਹੀਂ ਆ ਗਿਆ ਸੀ ਇੰਨਾ ਤਰੱਕੀ ਕਰ ਗਿਆ ਜਿਹੜਾ ਬਹੁਤ ਗੰਦਾ ਸ਼ਹਿਰ ਕਿਹਾ ਜਾਂਦਾ ਸੀਗਾ ਅੱਜ ਉਹ ਬਹੁਤ ਚੰਗਾ ਸ਼ਹਿਰ ਹੋ ਗਿਆ ਤੁਸੀਂ ਨੋਇਡਾ ਦੇਖ ਲਓ ਗ ਦਿੱਲੀ ਦੇਖ ਲੋ ਛੱਡੋ ਦਿੱਲੀ ਦੀ ਦਿੱਲੀ ਦਾ ਇਨਫਰਾਸਟ੍ਰਕਚਰ ਕਿੱਦਾਂ ਚੇਂਜ ਹੋਇਆ ਕਿਉਂਕਿ ਰਾਜਧਾਨੀ ਹੈ بڑے ਸ਼ਹਿਰ ਹੈਗੇ ਜਿਹੜੇ ਚੇਂਜ ਹੋ ਗਏ ਯੋਗੀ ਨੇ ਕਹੀ ਸ਼ਹਿਰ ਚੇਂਜ ਕਰਦੇ ਯੂਪੀ ਦੇ ਵਿੱਚ ਬਿਹਾਰ ਚ ਕਿਹ ਸ਼ਹਿਰ ਚੇਂਜ ਹੋ ਗਏ ਹੈ ਮਹਾਰਾਸ਼ਟਰ ਦੇ ਕਈ ਸ਼ਹਿਰ ਚੇਂਜ ਹੋ ਗਏ ਸਾਡਾ ਸ਼ਹਿਰ ਹੀ ਬੜਾ ਮਾੜਾ ਹੈ ਤੇ ਜਦੋਂ ਬਾਹਰ ਜਾ ਕੇ ਪਤਾ ਲੱਗਦਾ ਐਦਾਂ ਨਹੀਂ ਤੁੱਕੇ ਨਾਲ ਨਹੀਂ ਲਾਈ ਆ ਵੀ ਕੋਈ ਚੀਜ਼ ਚੰਗੀ ਜਦੋਂ ਆਪਾਂ ਗੁਜਰਾਤ ਜਾਂਦੇ ਆ ਗੁਜਰਾਤ ਜਾ ਕੇ ਦੇਖਦੇ ਆ ਇਨਫਰਾਸਟ੍ਰਕਚਰ ਭਲੇਖਾ ਪੈ ਗਿਆ ਸਾਨੂੰ ਅਸੀਂ ਇਹਨਾਂ ਦਾ ਮਾਡਲ ਆਮ ਆਦਮੀ ਪਾਰਟੀ ਦਾ ਮਾਡਲ ਦੇਖਣ ਲੱਪੇ ਜਿਹੜਾ ਤਾਂ ਪਹਿਲੇ ਅਸੀਂ ਇਹਨਾਂ ਦੇ ਝੂਠੀਆਂ ਗੱਲਾਂ ਜਾ ਕੇ ਗੁਜਰਾਤ ਜਾ ਕੇ ਦੇਖੋ ਅਹਮਦਾਬਾਦ ਜਾ ਕੇ ਦੇਖੋ ਉੱਥੇ ਕਈ ਐਹੋ ਜਿਹੇ ਸ਼ਹਿਰ ਆ ਜਿਹੜੇ ਬਹੁਤ ਖੂਬਸੂਰਤ ਸ਼ਹਿਰ ਬਣ ਗਏ ਤੇ ਹੁਣ ਲੁਧਿਆਣਾ ਨੂੰ ਸੁਧਰਨਾ ਪੈਣਾ ਆ ਸ਼ੁਕਰ ਆ ਵੀ ਆ ਜਿਹੜਾ ਕੇਂਦਰ ਸਰਕਾਰ ਨੇ ਇੱਕ ਫਲਾਈਓਵਰ ਬਣਾ ਰਿਹਾ ਜਿਹੜਾ ਫਿਰੋਜ਼ਪੁਰ ਰੋਡ ਤੇ ਬਣ ਰਿਹਾ ਜਦੋਂ ਬਣਦਾ ਕੰਪਲੀਟ ਹੁੰਦਾ ਦੇਖਦੇ ਆ ਥੋੜੀ ਮਨ ਚ ਪ੍ਰਸੰਤਾ ਹੁੰਦੀ ਵੀ ਸ਼ੁਕਰ ਆ ਐਹੋ ਜੀ ਚੀਜ਼ ਚੰਗੀ ਬਣੀ ਆ ਜਿਹਨਾਂ ਨਾਲ ਲੁਧਿਆਣਾ ਥੋੜਾ ਖੂਬਸੂਰਤ ਲੱਗੂਗਾ ਜੀ ਅ ਸ਼ੁਕਰੀਆ तमाम ਗੱਲਾਂ ਲਈ ਤੇ ਏਸੀ ਗੁਰਦੀਪ ਸਿੰਘ ਗੋਸ਼ਾ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਕਰਪਸ਼ਨ ਦੇ ਮਾਮਲੇ ਤੇ ਤੇ ਖਾਸ ਕਰ ਮੰਤਰੀ ਆਸ਼ੂ ਨੂੰ ਮਿਲੀ ਜ਼ਮਾਨਤ ਦੇ ਮੁੱਦੇ ਤੇ ਤੁਹਾਡਾ ਕੀ ਕੁਝ ਕਹਿਣਾ ਕਮੈਂਟ ਸੈਕਸ਼ਨਸ ਦੇ ਵਿੱਚ ਜ਼ਰੂਰ ਲਿਖ ਕੇ ਸ਼ੇਅਰ ਕਰਿਓ ਤੇ ਹੋਰ ਵੀ ਲੇਟੈਸਟ ਯੂਨਿਕ ਅਪਡੇਟ ਲਈ ਬਨੇ ਰਹੋ ਸਿਟੀ ਹੋਮ ਨਿਊਜ਼ ਦੇ ਨਾਲ ਤੇ ਹੁਣ ਆਪਣੀ ਸ਼ਾਮ ਨੂੰ ਦੁਦਸਤ ਧੰਨਵਾਦ